ਸਾਰੇ ਪੰਜਾਬ ਦੇ ਵਿੱਚ ਇਸ ਨੂੰ ਜਾਰੀ ਰੱਖਾਂਗੇ। ਅੱਜ ਸ੍ਰੀ ਮੁਕਤਸਰ ਸਾਹਿਬ ਇਸ ਪਾਵਨ ਧਰਤੀ ਤੇ ਵਨ ਸੁਵੰਨਤਾ ਸਾਰੇ ਲੋਕ ਹਰ ਵਰਗ ਦੇ ਸ਼ਾਮਿਲ ਹੋਏ ਨੇ ਔਰ ਇਸ ਜਾਗ ਨੂੰ ਅਸੀਂ ਇਸ ਪਾਵਨ ਧਰਤੀ ਤੋਂ ਸਾਰੇ ਪੰਜਾਬ ਵਿੱਚ ਲੈ ਕੇ ਜਾਵਾਂਗੇ। ਅਸੀਂ ਬਿਲਕੁਲ ਇਹ ਮਾਇੰਡ ਨਹੀਂ ਕਰਾਂਗੇ ਕਿ 500 ਬੰਦਾ, 200 ਬੰਦਾ, 150 ਬੰਦਾ ਹਰ ਪਿੰਡ ਦੇ ਵਿੱਚ, ਹਰ ਕਸਬੇ 'ਚ ਇਕੱਠਾ ਹੋਵੇ ਔਰ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਵੱਡੀ ਮੁਹਿੰਮ ਨੂੰ ਪੰਜਾਬ 'ਚ ਲਾਈਏ। ਇਹਦਾ ਸੁਨੇਹਾ ਇਹ ਹੈਗਾ ਕਿ ਪਾਰਟੀਆਂ, ਰਾਜਸੀ ਪਾਰਟੀਆਂ ਜਿਨ੍ਹਾਂ ਨੇ ਵੀ ਰਾਜ ਕੀਤਾ ਸਾਰੀਆਂ ਫੇਲ ਹੋ ਗਈਆਂ ਮੁਕੰਮਲ ਤੌਰ ਤੇ, ਨਸ਼ੇ ਕੰਟਰੋਲ ਨਹੀਂ ਹੋ ਰਹੇ। ਸਰਕਾਰ ਨੂੰ ਅਸੀਂ ਤਾਂ ਅਵੇਅਰਨੈਸ ਕਰ ਰਹੇ ਹਾਂ ਕਿ ਹਕੂਮਤ ਨੂੰ ਜਾਗਣਾ ਚਾਹੀਦਾ ਔਰ ਇਸ ਅਹਿਮ ਮਸਲੇ ਵੱਲ ਪੂਰਨ ਰੂਪ ਦੇ ਵਿੱਚ ਧਿਆਨ ਦੇਣਾ ਚਾਹੀਦਾ। ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਹਜੇ ਵੀ ਇਹ ਗੱਲ ਚੱਲਦੀ ਹੈ ਕਿ ਸ਼ਾਇਦ ਕੁਝ ਰਾਜਸੀ ਲਾਹਾ ਲੈਣ ਲਈ ਜਾਂ ਕੁਝ ਗਿੱਦੜਵਾ ਜਿਮਨੀ ਚੋਣ ਨੂੰ ਦੇਖਿਆ ਜਾ ਰਿਹਾ ਕੁਝ ਅਜਿਹਾ ਜਾਂ ਤਾਂ? ਪੋਲੀਟਿਕਸ ਇਜ਼ ਟੋਟਲੀ ਆਊਟ, ਰਾਜਨੀਤੀ ਇਹਦੇ 'ਚੋਂ ਮੁਕੰਮਲ ਤੌਰ 'ਤੇ ਸਾਫ਼ ਹੈ, ਕਿਉਂਕਿ ਇਹਦੇ 'ਚ ਅੱਜ BJP, ਇਹਦੇ ਵਿੱਚ ਨਾਲ ਦੀ ਨਾਲ ਕਾਂਗਰਸ, ਨਾਲ ਦੀ ਨਾਲ ਸੰਗਠਨ ਸਾਰੇ ਦੇ ਸਾਰੇ ਸ਼ਾਮਿਲ ਹੋਏ ਨੇ, ਅਕਾਲੀ ਦਲ ਨੁਮਾਇੰਦੇ, ਆਜ਼ਾਦ, ਹਰਮਨ ਪਿਆਰੇ ਲੋਕ ਸਾਰੇ ਆਏ ਨੇ। ਸੋ ਇਹਨਾਂ ਨਸ਼ਿਆਂ ਦੇ ਮੁੱਦੇ 'ਤੇ ਤਾਂ ਕੋਈ ਵੀ ਜੁਆਇਨ ਕਰ ਸਕਦਾ ਹੈ, ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ। ਅਸੀਂ ਪਾਰਟੀ ਦੇ ਨਾਤੇ ਇਹ ਪ੍ਰੋਗਰਾਮ ਨਹੀਂ ਕੀਤਾ।